ਅਕਾਲ ਜੀ ਡਸਟਬਿਨ ਪੈਨਲ ਦੇ YouTube ਚੈਨਲ 'ਚ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਇਸ ਚੈਨਲ 'ਤੇ ਨਵੇਂ ਨੇ ਉਹ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਵੀ ਅਸੀਂ ਇਮੀਗ੍ਰੇਸ਼ਨ ਦੇ ਰਿਲੇਟਿਡ ਲੇਟੈਸਟ ਵੀਡੀਓ ਜਾਂ ਲੇਟੈਸਟ ਨਿਊਜ਼ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਉਹਦੀ ਇਨਫੋਰਮੇਸ਼ਨ ਤੁਹਾਡੇ ਤੱਕ ਈਜ਼ੀਲੀ ਪਹੁੰਚਾ ਸਕੀਏ। ਅੱਜ ਦੀ ਵੀਡੀਓ ਤੁਹਾਡੇ ਲਈ ਜਿਹੜੀ ਲੈ ਕੇ ਆਇਆ ਉਹ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਆ। ਪਲੀਜ਼ ਵੀਡੀਓ ਨੂੰ ਸਕਿੱਪ ਨਾ ਕਰਿਓ, ਐਂਡ ਤੱਕ ਵੇਖਿਓ, ਤੁਹਾਨੂੰ ਇਹਦੇ 'ਚ ਸਿੱਖਣ ਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ। ਅੱਜ ਦੀ ਜਿਹੜੀ ਵੀਡੀਓ ਮੈਂ ਲੈ ਕੇ ਆਇਆ ਉਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਕੈਨੇਡਾ ਦੇ ਵਿੱਚ ਆਪਣਾ ਸੈਟਲ ਹੋ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਨੇ। ਉਹਨਾਂ ਲਈ ਕੁਛ ਤਰੀਕੇ ਮੈਂ ਦੱਸੂਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਕਿੱਦਾਂ ਸੈਟਲ ਹੋ ਸਕਦੇ ਹੋ। ਅੱਜ ਆ ਜਾਓ ਕਰਦੇ ਹਾਂ ਆਪਾਂ ਗੱਲਬਾਤ ਕੈਨੇਡਾ ਦੇ ਬਾਰੇ। ਸਭ ਤੋਂ ਪਹਿਲਾਂ ਜੀ ਇੱਕ ਤਰੀਕਾ ਹੈਗਾ ਆ ਕੈਨੇਡਾ 'ਚ ਸੈਟਲ ਹੋਣ ਦਾ, ਉਹ ਹੈਗਾ ਆ ਵਿਜ਼ਿਟ ਟੂ ਵਰਕ। ਤੁਹਾਡੇ ਅਗਰ ਤੁਹਾਡੇ ਕੋਲ ਇੱਥੇ ਵਿਜ਼ਿਟਰ ਵੀਜ਼ਾ ਹੈਗਾ ਆ ਤਾਂ ਤੁਸੀਂ ਉੱਥੇ ਜਾ ਕੇ ਈਜ਼ੀਲੀ ਆਪਣਾ ਵਰਕ ਪਰਮਿਟ ਕਨਵਰਟ ਕਰਾ ਸਕਦੇ ਹੋ। ਸਿਰਫ ਉਹਦੇ 'ਚ ਕੁਛ ਤੁਹਾਨੂੰ ਪੇਮੈਂਟ ਦੇਣੀ ਪਏਗੀ ਉੱਥੇ, ਬਾਕੀ ਅਗਰ ਤੁਹਾਡਾ ਕੋਈ ਰਿਸ਼ਤੇਦਾਰ ਅਗਰ ਕੋਈ ਹੈਗਾ ਉੱਧਰ, ਅਗਰ ਤੁਹਾਡਾ ਕੋਈ ਰਿਲੇਟਿਵ ਹੈ ਤੁਹਾਡੀ ਹੈਲਪ ਕਰਦਾ ਆ ਤਾਂ ਤੁਹਾਡਾ ਇਹ ਪੇਮੈਂਟ ਬਹੁਤ ਜ਼ਿਆਦਾ ਘੱਟ ਜਾਂਦੀ ਆ। ਅਗਰ ਤੁਸੀਂ ਕਿਸੇ ਵਕੀਲ ਦੇ ਥਰੂ ਜਾਂ ਕਿਸੇ ਵੀ ਹੋਰ ਏਜੰਸੀ ਦੇ ਥਰੂ ਇਹ ਕੰਮ ਕਰਾਉਂਦੇ ਹੋ ਤਾਂ ਇਹ $20,000 to $40,000 ਤੱਕ ਅਗਲੇ PR ਦੀ ਤੁਹਾਡੇ ਨਾਲ ਡੀਲ ਕਰਦੇ ਨੇ। ਅਗਰ ਤੁਹਾਡਾ ਕੋਈ ਰਿਲੇਟਿਵ ਹੈਗਾ ਤਾਂ ਇਹ ਸਿਰਫ ਕੁਛ ਹੀ ਹਜ਼ਾਰਾਂ ਦੇ ਵਿੱਚ ਖਰਚਾ ਰਹਿ ਜਾਂਦਾ ਆ। ਇਹ ਇੱਕ ਪਹਿਲਾ ਤਰੀਕਾ ਜਿਹੜਾ ਵਿਜ਼ਿਟ ਟੂ ਵਰਕ। ਅਗਰ ਤੁਸੀਂ ਵਿਜ਼ਿਟ ਟੂ ਵਰਕ ਉੱਥੇ ਜਾ ਕੇ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲੋਂ ਕੋਈ ਆਇਲਸ ਦੀ ਡਿਮਾਂਡ ਨਹੀਂ ਹੈ, ਕੋਈ ਕੁਛ ਨਹੀਂ ਹੈ। ਇਹਦੇ ਵਿੱਚ ਵੀ ਕੁਛ ਕੈਟਾਗਰੀਜ਼ ਹੈਗੀਆਂ ਜਿਹਦੇ ਵਿੱਚ ਤੁਹਾਨੂੰ PR ਅਲਾਊਡ ਹੁੰਦੀ ਆ, ਔਰ ਕੁਛ ਕੈਟਾਗਰੀਜ਼ ਐਵੇਂ ਦੀਆਂ ਹੈਗੀਆਂ ਜਿਹਦੇ 'ਚ PR ਅਲਾਊਡ ਨਹੀਂ ਹੁੰਦੀ। ਲਾਈਕ ਅਗਰ ਤੁਸੀਂ ਵਿਜ਼ਿਟ ਟੂ ਜਾ ਕੇ ਉੱਥੇ ਫਾਰਮ ਵਰਕਰ ਦਾ ਵੀਜ਼ਾ ਕਨਵਰਟ ਕਰਾਉਂਦੇ ਹੋ ਤਾਂ ਉਹਦੇ ਵਿੱਚ, ਅਗਰ ਤੁਸੀਂ ਲੇਬਰ ਵਰਕਰ ਦਾ ਕਰਵਾਉਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ PR ਕੱਲ ਨੂੰ ਨਹੀਂ ਮਿਲੇਗੀ। ਅਗਰ ਤੁਸੀਂ ਸੁਪਰਵਾਈਜ਼ਰ ਕਲਾਸ ਦੇ ਵਿੱਚ ਅਗਰ ਤੁਸੀਂ ਆਪਣੀ PR ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਉੱਥੇ ਆਪਣਾ ਵਰਕ ਪਰਮਿਟ ਸੁਪਰਵਾਈਜ਼ਰ ਕਲਾਸ ਦੇ ਵਿੱਚ ਕਰਵਾਉਣਾ ਪਏਗਾ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਅਗਰ ਤੁਸੀਂ ਜਾਣਾ ਚਾਹੁੰਦੇ, ਅਗਰ ਤੁਹਾਡੇ ਕੋਲ ਲੋਅ ਕੁਆਲੀਫਿਕੇਸ਼ਨ ਹੈ, ਅਗਰ ਤੁਸੀਂ ਆਇਲਸ ਨਹੀਂ ਕਰ ਸਕਦੇ ਤਾਂ ਬੜੇ ਹੀ ਪ੍ਰੋਗਰਾਮ ਇੱਦਾਂ ਦੇ ਸ਼ੁਰੂ ਹੋਏ ਹੋਏ ਨੇ ਜਿਹੜੇ ਤੁਸੀਂ ਈਜ਼ੀਲੀ ਕੈਨੇਡਾ ਦੇ ਵਿੱਚ ਜਾ ਕੇ ਮੂਵ ਕਰ ਸਕਦੇ ਹੋ ਵਰਕ ਪਰਮਿਟ ਤੋਂ ਵੀ ਜਾਂ PR ਲੈ ਕੇ ਵੀ। ਉਹਦੇ ਵਿੱਚ ਮੈਂ ਕੁਛ ਤੁਹਾਨੂੰ ਪ੍ਰੋਗਰਾਮ ਇੱਦਾਂ ਦੇ ਦੱਸੂਗਾ ਜਿਹਦੇ ਵਿੱਚ ਅਗਰ ਇੰਗਲਿਸ਼ ਪ੍ਰੋਫੈਂਸੀ ਦੀ ਅਗਰ ਰਿਕੁਆਇਰਮੈਂਟ ਹੈਗੀ ਆ ਤਾਂ ਬਹੁਤ ਥੋੜ੍ਹੀ ਆ। ਉਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ। ਸਭ ਤੋਂ ਪਹਿਲਾਂ ਹੈਗੀ ਇੱਕ RNIP ਪ੍ਰੋਗਰਾਮ ਹੈ। ਤੁਸੀਂ ਮੇਰੀ ਵੀਡੀਓ ਲਾਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ, ਮੈਂ ਡਿਸਕ੍ਰਿਪਸ਼ਨ 'ਚ ਲਿੰਕ ਵੀ ਪਾ ਦੂੰਗਾ ਹਰੇਕ ਵੀਡੀਓ ਦੇ। ਇੱਕ RNIP ਪ੍ਰੋਗਰਾਮ ਚੱਲ ਰਿਹਾ, ਇੱਕ SNIP। ਇਹਨਾਂ ਦੇ ਵਿੱਚ, ਇਹਨਾਂ ਦੋਵਾਂ ਪ੍ਰੋਗਰਾਮ ਦੇ ਵਿੱਚ CLB ਸਕੋਰ ਤੁਹਾਨੂੰ 4-4.5 ਬੈਂਡ, ਹੱਦ 5 ਬੈਂਡ, ਅਗਰ ਸਕਿੱਲ ਲੈਵਲ ਹੈ ਤਾਂ 5 ਬੈਂਡ ਤੱਕ ਤੁਹਾਨੂੰ ਈਜ਼ੀਲੀ ਅਗਰ ਤੁਸੀਂ ਲੈ ਲੈਂਦੇ ਹੋ ਤਾਂ ਤੁਸੀਂ ਈਜ਼ੀਲੀ PR ਅਤੇ ਕੈਨੇਡਾ ਮੂਵ ਹੋ ਸਕਦੇ ਹੋ। ਉਸ ਤੋਂ ਬਾਅਦ ਇੱਕ YNP ਪ੍ਰੋਗਰਾਮ ਚੱਲ ਰਿਹਾ। ਇਹਨਾਂ ਵਿੱਚ ਕੁਛ ਕਮਿਊਨਿਟੀਜ਼ ਐਵੇਂ ਦੀਆਂ ਹੈਗੀਆਂ ਜਿਹੜੀਆਂ ਕਿ ਜਿਨ੍ਹਾਂ ਕੋਲ ਇੰਗਲਿਸ਼ ਪ੍ਰੋਫੈਂਸੀ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਆ। ਹਾਇਰ ਸੈਕੰਡਰੀ ਜਾਂ ਸੀਨੀਅਰ ਸੈਕੰਡਰੀ ਅਗਰ ਤੁਸੀਂ ਪੜ੍ਹੇ ਹੋ, ਯਾਨੀ ਕਿ 10th ਜਾਂ +2 ਪੜ੍ਹੇ ਹੋ, ਤਾਂ ਤੁਸੀਂ ਈਜ਼ੀਲੀ 2 ਸਾਲ ਦੇ ਵਰਕ ਪਰਮਿਟ 'ਤੇ ਵੀ ਜਾ ਸਕਦੇ ਹੋ। ਅਗਰ ਤੁਸੀਂ YNP 'ਚ ਅਪਲਾਈ ਕਰਦੇ ਹੋ ਤਾਂ YNP ਦੇ ਵਿੱਚ ਤੁਸੀਂ ਈਜ਼ੀਲੀ 6 ਮਹੀਨੇ ਦਾ ਟੈਂਪਰੇਰੀ ਵਰਕ ਪਰਮਿਟ ਲੈ ਕੇ ਉੱਥੇ ਜਾ ਕੇ ਆਪਣੀ PR ਅਪਲਾਈ ਕਰ ਸਕਦੇ ਹੋ। YNP ਦੀ ਹੀ ਕਮਿਊਨਿਟੀ ਇੱਕ ਹੈਗੀ ਆ YCP। YCP ਦੇ ਵਿੱਚ ਕੁਛ ਕੈਟਾਗਰੀਜ਼ ਐਵੇਂ ਦੀਆਂ ਹੈਗੀਆਂ ਨੇ ਜਿਹਦੇ 'ਚ ਤੁਹਾਨੂੰ ਆਇਲਸ ਦੀ ਲੋੜ ਨਹੀਂ ਹੈ। ਤੁਸੀਂ 10ਵੀਂ ਜਾਂ 12ਵੀਂ ਜਾਂ ਕੁਛ ਇੱਦਾਂ ਦਾ ਕਰਕੇ, ਅਗਰ ਤੁਹਾਡੇ ਕੋਲ ਡਿਪਲੋਮਾ ਸਕਿੱਲ ਹੈਗਾ ਆ ਤਾਂ ਤੁਸੀਂ ਮਿਨੀਮਮ ਆਪਣਾ 2-3 ਮਹੀਨੇ ਦਾ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਉਹ ਸ਼ੋਅ ਕਰਕੇ ਈਜ਼ੀਲੀ ਕੈਨੇਡਾ PR 'ਤੇ ਮੂਵ ਆਨ ਹੋ ਸਕਦੇ ਹੋ। ਬਾਕੀ ਪੜ੍ਹੇ ਲਿਖੇ ਵਾਸਤੇ ਅਗਰ ਕੋਈ ਪੜ੍ਹਿਆ ਲਿਖਿਆ ਅਗਰ ਉਹ ਜਾਣਾ ਚਾਹੁੰਦਾ ਤਾਂ ਉਹਨਾਂ ਲਈ ਐਕਸਪ੍ਰੈਸ ਐਂਟਰੀ ਵੀ ਹੈਗੀ ਆ। ਇੱਕ ਬਹੁਤ ਵਧੀਆ ਪ੍ਰੋਗਰਾਮ ਹੋਰ ਵੀ ਚੱਲ ਰਿਹਾ, MNPNP ਹੈ ਮੈਨੀਟੋਬਾ ਦਾ। ਉਹਦੇ 'ਚ ਸਿਰਫ ਤੁਹਾਨੂੰ ਇਹ ਹੈ ਕਿ ਅਗਰ ਤੁਹਾਡਾ ਕੋਈ ਉੱਧਰ ਰਿਲੇਟਿਵ ਹੈ ਜਾਂ ਤੁਹਾਡਾ ਕੋਈ ਫਰੈਂਡ ਸਰਕਲ 'ਚ ਹੈਗਾ ਕੋਈ, ਉਹ ਤੁਹਾਨੂੰ ਅਗਰ ਸਪੋਂਸਰ ਕਰਦਾ ਆ ਤਾਂ ਤੁਸੀਂ ਮੈਨੀਟੋਬਾ 'ਚ ਵੀ ਈਜ਼ੀਲੀ PR ਲੈ ਕੇ ਜਾ ਸਕਦੇ ਹੋ ਜਿਹਦੇ 'ਚ ਤੁਹਾਨੂੰ 6-6.5 ਬੈਂਡ ਰਿਕੁਆਇਰਡ ਹੋਣਗੇ। ਅਗਰ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਆ ਤਾਂ ਉਸ ਸਕਿੱਲ ਦੇ ਹਿਸਾਬ ਦੇ ਨਾਲ ਤੁਹਾਡੇ ਕੋਲੋਂ ਬੈਂਡ ਰਿਕੁਆਇਰਮੈਂਟ ਦੀ ਹੁੰਦੀ ਆ। ਬਾਕੀ ਗੱਲ ਕਰਾਂਗੇ ਆਪਾਂ ਕਿ ਆ 3-4 ਤਰੀਕੇ ਸੀਗੇ ਜਿਹਦੇ ਨਾਲ ਤੁਸੀਂ ਈਜ਼ੀਲੀ ਕੈਨੇਡਾ ਦੇ ਵਿੱਚ ਜਾ ਕੇ ਆਪਣੀ ਜੀਵਿਕਾ ਚਲਾ ਸਕਦੇ ਹੋ, ਆਪਣਾ ਸੈਟਲ ਹੋ ਸਕਦੇ ਹੋ। ਕੈਨੇਡਾ ਦੇ ਵਿੱਚ PR ਲੈਣ ਦੇ ਬੜੇ ਬੈਨੀਫਿਟਸ ਨੇ ਕਿਉਂਕਿ ਕੈਨੇਡਾ ਇੱਕ ਇੱਦਾਂ ਦਾ ਮੁਲਕ ਹੈ ਜਿੱਥੇ ਕੈਨੇਡਾ ਕਈ ਔਖੇ ਟਾਈਮ 'ਤੇ ਕਦੀ ਵੀ ਆਪਣੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦਾ ਸਾਥ ਨਹੀਂ ਛੱਡਦਾ। ਜਿੱਦਾਂ ਹੁਣ ਤੁਸੀਂ ਦੇਖਿਆ ਹੀ ਹੋਣਾ ਕਿ COVID-19 ਦੀ ਸਿਚੁਏਸ਼ਨ ਦੇ ਵਿੱਚ ਵੀ ਉਹਨਾਂ ਨੇ ਆਪਣੇ ਉਹਨਾਂ ਲੋਕਾਂ ਨੂੰ $2,000 ਵੀ ਪੇ ਕੀਤੇ ਕਿ ਜਿਨ੍ਹਾਂ ਨੇ ਆਲਰੇਡੀ ਜਿਨ੍ਹਾਂ ਦੀ ਜੋਬਸ ਉੱਥੇ ਚਲੀਆਂ ਗਈਆਂ ਸੀਗੀਆਂ, ਔਰ ਈਵਨ ਕਿ ਜਿਹੜੇ ਆਲਰੇਡੀ ਜਿਹੜੇ ਇੰਪਲੋਇਰ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਸਬਸਿਡੀ ਦਿੱਤੀ ਤਾਂ ਕਿ ਜਿਹੜੇ ਵੀ ਉੱਥੋਂ ਦੇ ਇੰਪਲੋਇਰ ਕੰਮ ਕਰ ਰਹੇ ਨੇ ਉਹਨਾਂ ਨੂੰ ਸੈਲਰੀ ਦੇਣ 'ਚ ਦਿੱਕਤ ਨਾ ਆਵੇ। ਔਰ ਉੱਥੋਂ ਦੀ ਜਿਹੜੀ ਹੈਲਥ ਕੇਅਰ ਸਿਸਟਮ ਹੈ
ਬਹੁਤ ਜ਼ਿਆਦਾ ਵਧੀਆ ਪੂਰੇ ਵਰਲਡ ਤੋਂ, ਤਾਂ ਕਿ ਇਹਨਾਂ ਦੇ ਸਿਰਫ ਅਗਰ ਇਹ ਤੁਸੀਂ ਇਹਨਾਂ ਬੈਨੀਫਿਟਸ ਦਾ ਤਾਂ ਹੀ ਲੈ ਸਕਦੇ ਹੋ ਇਹਨਾਂ ਦਾ ਫਾਇਦਾ, ਤਾਂ ਕਿ ਜੇ ਤੁਹਾਡੇ ਕੋਲੋਂ ਉੱਥੇ ਆਲਰੇਡੀ ਉਹਨਾਂ ਦੀ PR ਹੈਗੀ ਆ, ਤੁਹਾਡਾ ਸਟੇਟਸ ਉੱਥੇ ਲੀਗਲ ਹੈ, ਅਦਰਵਾਈਜ਼ ਤੁਹਾਨੂੰ ਉੱਥੇ ਅਗਰ ਤੁਸੀਂ ਵਿਜ਼ਿਟ ਉੱਥੇ ਤੁਸੀਂ ਇਲੀਗਲ ਹੋ ਗਏ ਹੋ ਤਾਂ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈ ਇਸ ਚੀਜ਼ ਦਾ। ਆਹ 3-4 ਕਾਰਨ ਹੈਗੇ ਆ ਜਿਹਦੇ ਤੋਂ ਤੁਸੀਂ ਕੈਨੇਡਾ ਈਜ਼ੀਲੀ ਮੂਵ ਆਨ ਹੋ ਕੇ ਆਪਣਾ ਬਹੁਤ ਵਧੀਆ ਆਪਣੇ ਬੱਚਿਆਂ ਨੂੰ ਤੁਸੀਂ ਉੱਥੇ ਈਜ਼ੀਲੀ ਸੈੱਟ ਕਰ ਸਕਦੇ ਹੋ। ਇਹ ਸੀਗੀ ਇੱਕ ਇਨਫੋਰਮੇਸ਼ਨ ਕੈਨੇਡਾ ਦੇ ਬਾਰੇ ਕਿ ਤੁਸੀਂ ਉੱਥੇ ਕਿੱਦਾਂ ਸੈੱਟ ਹੋ ਸਕਦੇ ਹੋ। ਬਾਕੀ ਰਹੀ ਗੱਲ ਖਰਚੇ ਦੀ, ਕਿੰਨਾ ਖਰਚਾ ਆਉਂਦਾ ਹੈ, ਦੇਖੋ ਕਰਨ ਵਾਲੇ ਕੰਮ ਸਿਰਫ ਕੁਛ ਹਜ਼ਾਰ ਡੋਲਰ 'ਚ ਵੀ ਕਰੀ ਜਾ ਰਹੇ ਨੇ, ਲੇਕਿਨ ਕੁਛ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਇਹਦੀ ਡਿਮਾਂਡ ਲੱਖਾਂ ਦੇ ਵਿੱਚ ਕਰਦੇ ਨੇ। ਇਹ ਤੁਹਾਡੇ 'ਤੇ ਆ ਕਿ ਤੁਸੀਂ ਕਿੱਦਾਂ, ਅਗਰ ਤੁਹਾਡੇ ਕੋਲ ਸਹੀ ਡਾਕੂਮੈਂਟ ਹੈਗੇ ਨੇ, ਤੁਸੀਂ ਜੈਨੂਅਨ ਬਿਜ਼ਨਸਮੈਨ ਹੋ ਜਾਂ ਜੈਨੂਅਨ ਤੁਸੀਂ ਜੋਬ ਕਰਦੇ ਹੋ, ਤਾਂ ਤੁਸੀਂ ਈਜ਼ੀਲੀ ਆਪਣੇ ਆਪ ਆਪਣੀ ਫਾਈਲ ਤਿਆਰ ਕਰਕੇ ਤੁਸੀਂ ਲਾ ਸਕਦੇ ਹੋ। ਅਗਰ ਸਾਡੀ ਕਿਸੇ ਤੱਕ ਦੀ ਲੋੜ ਪੈਂਦੀ ਹੈ ਤੁਸੀਂ ਸਾਡੇ ਆਫਿਸ 'ਚ ਵਿਜ਼ਿਟ ਕਰਕੇ ਤੁਸੀਂ ਸਾਡੀ ਸਲਾਹ ਲੈ ਸਕਦੇ ਹੋ। ਮੰਡੇ ਤੋਂ ਲੈ ਕੇ ਸੈਟਰਡੇ ਤੱਕ ਤੁਸੀਂ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਫਿਰੋਜ਼ਪੁਰ, ਕਪੂਰਥਲਾ, ਅੰਮ੍ਰਿਤਸਰ 3 ਆਫਿਸ ਨੇ ਆਪਣੇ। ਤੁਸੀਂ ਇੱਕ ਵਾਰੀ ਕਾਲ ਕਰ ਲਓ, ਅਗਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਸਿਰਫ ਇੰਨਾ ਜਾਣਨਾ ਕਿ ਮੈਂ ਕਿਸ ਆਫਿਸ 'ਚ ਹਾਂ, ਤੁਸੀਂ ਉੱਥੇ ਆ ਕੇ ਮੈਨੂੰ ਮਿਲ ਸਕਦੇ ਹੋ। ਨੰਬਰ ਮੈਂ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਆਪਣਾ, ਔਰ ਆਪਣੀ ਜਿਹੜੀ RNIP ਜਾਂ YNP ਦੀਆਂ ਜੋ ਵੀ ਵੀਡੀਓਜ਼ ਮੈਂ ਬਣਾਈਆਂ ਹੋਈਆਂ ਉਹਨਾਂ ਦੇ ਵੀ ਲਿੰਕ ਮੈਂ ਪਾ ਦੂੰਗਾ, ਔਰ ਉੱਪਰ ਕਾਰਡਸ ਵਿੱਚ ਵੀ ਮੈਂ ਇਹਦੇ ਲਿੰਕ ਦਾ ਡਿਸਕ੍ਰਿਪਸ਼ਨ ਦੇ ਦੂੰਗਾ, ਤੁਸੀਂ ਕਲਿੱਕ ਕਰਕੇ ਈਜ਼ੀਲੀ ਉਹਨਾਂ ਦੀ ਜਾਣਕਾਰੀ ਲੈ ਸਕਦੇ ਹੋ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਇਹ ਸੀਗੀ ਵੀਡੀਓ ਤੁਹਾਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ ਦਾ ਜਿਹੜਾ ਤਰੀਕੇ ਸੀਗੇ, ਲੀਗਲ ਤਰੀਕੇ, ਉਹ ਤੁਹਾਨੂੰ ਮੈਂ ਦੱਸ ਰਿਹਾ ਸੀਗਾ। ਕੋਈ ਹੋਰ ਜਾਣਕਾਰੀ ਲੈਣੀ ਹੋਵੇ ਪਲੀਜ਼ ਸਾਡੇ ਨੰਬਰਾਂ 'ਤੇ ਕਾਲ ਕਰ ਲਿਓ ਜਾਂ ਈਮੇਲ ਕਰ ਲਿਓ। ਮਿਲਦੇ ਨੈਕਸਟ ਵੀਡੀਓ 'ਚ, ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ।